ਇਹੜਾਕ ਬੜਾ ਵੱਡਾ ਫਰਾਡ ਹੋ ਰਿਹਾ ਔਰ ਮੈਂ ਤਨਵਾਦੀ ਆ ਵੇਖੋ ਅੱਜ ਉਹਨਾਂ ਨੇ ਚਿੱਠੀ ਵੀ ਲਿਖੀ ਐ ਇਸ ਬਾਬਤ ਇਹ ਸਾਡੇ ਸਤਿਕਾਰਯੋਗ ਐਮਪੀ ਸਾਹਿਬ ਗੁਰਜੀਤ ਔਜਲਾ ਜੀ ਨੇ ਮੇਰਾ ਕਹਿਣ ਦਾ ਭਾਵ ਕਿ ਕੋਵਿਡ ਨੂੰ ਤਾਂ ਇੱਕ ਬਹਾਨਾ ਸਰਕਾਰ ਨੇ ਫੜ ਲਿਆ ਠੱਗੀ ਮਾਰਨ ਦਾ ਅੱਜ ਗੁਰਜੀਤ ਔਜਲੇ ਨੇ ਵੀ ਛਾਪ ਨੇ ਚਿੱਠੀ ਲਿਖੀ ਐ ਆ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਲਿਖਤੀ ਇੱਕ ਪਰਚਾ ਦਰਜ ਹੁੰਦਾ ਇੱਕ ਦਿੱਤਾ ਪਰਿਵਾਰ ਹੈ ਇੱਕ ਖੁੱਲਰ ਪਰਿਵਾਰ ਹੈ ਜਿਨ੍ਹਾਂ ਦੀ ਡਾਕਟਰ ਆਪ ਡਾਕਟਰ ਨੂੰ ਡਾਕਟਰ ਉਹ 9 ਮੰਥ ਪ੍ਰੈਗਨੈਂਟ ਸੀ ਉਹਦੀ ਜਾਨ ਨਾਲ ਖੇਡਿਆ ਗਿਆ ਉਹ ਨੂੰ ਨੈਗੇਟਿਵ ਤੋਂ ਪੋਜ਼ਿਟਿਵ ਕਰਤਾ ਉਹਨੇ ਜਦ ਰੌਲਾ ਪਾਇਆ ਉਹਦਾ ਟੈਸਟ ਦੁਬਾਰਤੋ ਹੋਇਆ ਔਰ ਉਹ ਨੈਗੇਟਿਵ ਹੀ ਪਾਈ ਗਈ ਮਗਰ ਇੱਕ 9 ਮੰਥ ਪ੍ਰੈਗਨੈਂਟ ਲੇਡੀ ਦੇ ਨਾਲ ਇਸ ਤਰੀਕੇ ਨਾਲ ਉਹਦੇ ਪਰਿਵਾਰ ਨਾਲ ਖਲਵਾੜ ਕੀਤਾ ਜਾਵੇ ਮੈਂਟਲੀ ਅਰੈਸ ਕੀਤਾ ਜਾਵੇ ਉਹਨੇ ਰੌਲਾ ਪਾਇਆ ਪੁਲਿਸ ਨੇ ਕੋਈ ਪਰਚਾ ਨਹੀਂ ਦਿੱਤਾ ਮੇਰੀ ਗੱਲ ਧਿਆਨ ਨਾਲ ਸੁਣਿਓ ਜੀ ਕਾਰਪੋਰੇਸ਼ਨ ਜਿਹੜਾ ਅਮਰitsar ਨੇ ਪੁਲਿਸ ਮਹਿਕਮਾ ਪੁਲਿਸ ਕਮਿਸ਼ਨਰੇਟ ਉਹਨਾਂ ਕੋਲ ਸ਼ਿਕਾਇਤ ਗਈ ਕੋਈ ਪਰਚਾ ਨਹੀਂ ਦਰਜ ਹੋਇਆ ਰੌਲਾ ਪੈਣ ਤੋਂ ਬਾਅਦ ਲੋਕਾਂ ਦੇ ਦਬਾਅ ਤੋਂ ਬਾਅਦ ਵਿਜੀਲੈਂਸ ਸਟੈਪ ਇਨ ਕਰਦੀ ਹੈ ਔਰ ਵਿਜੀਲੈਂਸ ਪਰਚਾ ਦਿੰਦੀ ਹੈ 307 ਦਾ 336 ਦਾ ਡੂਇੰਗ ਐਨ ਐਕਟ ਵਿਚ ਕਾਜ਼ਸ ਡੇਂਜਰ ਟੂ ਹਿਊਮਨ ਲਾਈਫ 270 ਦਾ ਚੀਟਿੰਗ ਦਾ ਫੋਰਜਰੀ ਦੇ ਧਾਰਾ 467 68 471 ਡਿਸਬਾਇੰਗ ਆਫ ਪਬਲਿਕ ਆਰਡਰ ਇਹ ਸਾਰਾ ਪ੍ਰੋਵੈਕਸ਼ਨ ਆਫ ਕਰਪਸ਼ਨ ਐਕਟ ਇਹ ਕਈ ਧਾਰਾਵਾਂ ਲਾ ਕੇ ਇਹ ਕਿੰਨਾ ਦੇ ਖਿਲਾਫ ਪਰਚਾ ਹੁੰਦਾ ਇਹ ਸਾਰੇ ਲੋਕਾਂ ਦੇ ਖਿਲਾਫ ਆ ਤੁੱਲੀ ਲੈਬ ਇਹ ਤੁੱਲੀ ਲੈਬ ਵਾਲੇ ਹੈ ਕੌਣ ਈਐਮਸੀ ਹਸਪਤਾਲ ਚ ਬਲੱਡ ਬੈਂਕ ਜਿਹੜਾ ਉਹਨੂੰ ਸਾਹਮਣੇ ਔਰ EMC ਹਸਪਤਾਲ ਆਲਾ ਵੀ ਵਿਛੀ ਪਵਨ अरोड़ा ਡਾਕਟਰ ਇੱਕ ਹੋਰ ਇਹਦੇ ਚ ਡਾਕਟਰ ਮਹਿੰਦਰ ਸਿੰਘ ਡਾਕਟਰ ਰਿਤਮ ਤੁੱਲੀ ਡਾਕਟਰ ਸੰਜੀਪ ਪਪਲਾਨੀ ਡਾਕਟਰ ਰੋਬਨ ਤੁੱਲੀ ਪਵਨ अरोड़ा ਮਾਲਕ EMC ਹਸਪਤਾਲ ਡਾਕਟਰ ਪੰਕਜ ਸੋਨੀ ਹੁਣ ਮੇਰੇ ਕੋਲ ਜੋ ਖਬਰ ਹੈ ਇੱਕ ਦੋ ਦਿਨ ਪਹਿਲਾਂ ਡਾਕਟਰ ਪੰਕਜ ਸੋਨੀ ਨਾਲ ਆਲਾ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਹੁੰਦੀ ਹੈ ਫਿਰ ਚਿੱਠੀ ਕੌਣ ਪੜਾਉਂਦਾ ਚਿੱਠੀ ਜਾਂਦੀ ਹੈ ਚੰਡੀਗੜ੍ਹੋਂ ਚੀਫ ਸੈਕਟਰੀ ਦੀ ਚਿੱਠੀ ਵਿਖਾਈ ਦੇਖੋ ਕਿੱਥੋਂ ਤੱਕ ਇੰਨਾ ਪ੍ਰਾਈਵੇਟ ਹਸਪਤਾਲ ਜਿਹੜੇ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਰਹੇ ਆ ਟੈਸਟਿੰਗ ਦਾ ਫਰਾਡ ਕਰ ਰਹੇ ਆ ਉਹਦੀ ਚਿੱਠੀ ਚੀਫ ਸੈਕਟਰੀ ਤੋਂ ਪ੍ਰੂਵ ਹੋ ਕੇ ਆਈ ਹੈ ਕਿ ਨਹੀਂ ਆ ਉਲਟੀ ਗੰਗਾ ਪਹਿਲੀ ਵਾਰੀ ਵੇਖੀ ਹੈ ਵਹਿੰਦੀ ਹੋਈ ਕਿ ਵਿਜੀਲੈਂਸ ਤੋਂ ਇਕੁਆਇਰੀ ਲੈ ਕੇ ਵਾਪਸ ਉਸੇ ਪੁਲਸ ਫੋਰਸ ਨੂੰ ਦੇਤੀ ਅਮਰਚਰ ਨੂੰ ਜਿਹੜੀ ਅੱਗੇ ਇਹਨਾਂ ਦੇ ਖਿਲਾਫ ਐਕਸ਼ਨ ਨਹੀਂ ਲੈ ਰਹੀ ਸੀ ਮਦਦ ਕੀਤੀ ਜਾ ਰਹੀ ਹੈ ਕਿਉਂ ਕਿ ਕਿੱਥੇ ਨਾ ਕਿੱਥੇ ਪੈਸੇ ਦਾ ਲੈਣ ਦੇਣ ਹੋ ਗਿਆ ਇਹ ਐਫ ਆਈ ਆਰ ਦਰਜ ਹੋਈ ਨੂੰ ਅੱਜ ਹੋ ਗਏ ਆਲਮੋਸਟ ਮਹੀਨਾ ਹੀ ਹੋ ਗਿਆ ਮੈਨ ਲਾਦਾ 23 6 ਦੀ ਹੋਈ ਸੀ ਅੱਜ 20 ਦਿਨ ਹੋ ਗਏ 23 20 ਦਿਨਾਂ ਚ ਹਲੇ ਤੱਕ ਇੱਕ ਬੰਦਾ ਨਹੀਂ ਫੜਿਆ ਗਿਆ ਸਿਰਫ ਇਸ ਲਈ ਨਹੀਂ ਫੜਿਆ ਗਿਆ ਕਿਉਂਕਿ ਕਿੱਥੇ ਨਾ ਕਿੱਥੇ ਇਹ ਜੇ ਸਿਆਸੀ ਬੰਦੇ ਦਖਲ ਦੇ ਕੇ ਸਹੀ ਕੰਮ ਨਹੀਂ ਹੋਣਦੇ ਰੇ ਅੱਜ ਇਹਨਾਂ ਨੇ ਚਿੱਠੀ ਤਾਂ ਲਿਖਤੀ ਇਹ ਤਾਂ ਕੱਲਾ ਐਮਪੀ ਸਾਹਿਬ ਨੇ ਆਪ ਦੀ ਜਾਨ ਬਚਾਈਆ ਚਿੱਠੀ ਲਿਖ ਕੇ ਕਿਉਂਕਿ ਲੋਕ ਇਹਨਾਂ ਦੇ ਆ ਕੇ ਦਿਵਾਲੇ ਹੋਰੇ ਚੀ ਔਰ ਇਹਨਾਂ ਨੇ ਆਪਣੇ ਆਪ ਨੂੰ ਪਤਲੀ ਗਲੀ ਚੋਂ ਨਿਕਲ ਆ ਕੇ ਚਲੋ ਮੈਂ ਇਹਨਾਂ ਦਾ ਇਸ ਦੀ ਤਲਵਾਦੀ ਆ ਕਿ ਅਖੀਰ ਚ ਇਹ ਲਿਖਦੇ ਆ ਕਹਿੰਦਾ ਆਈ ਦੇਰਪੋਰ ਰਿਕਵੈਸਟ ਯੂ ਯੋਰ ਗੁੱਡਸੈਲ ਟੂ ਪਰਸਨਲੀ ਇੰਟਰਵੈਨ ਇੰਟੂ ਥਿਸ ਮੈਟਰ ਐਂਡ ਟ੍ਰਾਂਸਫਰ ਦ ਪ੍ਰੋਬੈਕ ਟੂ ਵਿਜੀਲੈਂਸ ਬਿਊਰੋ ਔਰ ਆਰਡਰ ਅ ਜੁਡੀਸ਼ੀਅਲ ਪ੍ਰੋਬ ਅੰਡਰ ਦ ਸੁਪਰਵੀਜ਼ਨ ਆਫ ਅ ਸਿਟਿੰਗ ਜੱਜ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ दैट ਕੁਡ ਗੈਟ ਟੂ ਦ ਬਾਟਮ ਆਫ ਦਿਸ ਮੈਟਰ ਕਹਿੰਦਾ ਭਾਪ ਇਹ ਉਹੀ ਐਮਪੀ ਨੇ ਜਿਨ੍ਹਾਂ ਨੇ ਪਹਿਲਾਂ ਪੀਪੀ ਕਿੱਟਾਂ 'ਚ ਵੀ ਕੇਂਦਰ ਨੂੰ ਲਿਖਤਾ ਸੀਗਾ ਕਿ ਸਾਨੂੰ ਭਰੋਸਾ ਕੋਈ ਨਹੀਂ ਹੁਣ ਪੰਜਾਬ ਸਰਕਾਰ ਤੇ ਤੁਸੀਂ ਕਰ ਲਓ